ਮੁੰਡਾ ਮੇਰਾ ਜੀ ਗ੍ਰੈਂਡ ਸਾਹਿਬ ਨੂੰ ਮਾਰਤਾ ਜੀ ਉਥੇ ਤੇ ਬੰਦੇ ਆ ਜਿਹੜੇ ਕੋਈ ਆਏ ਪੁਲਿਸ ਵਾਲੇ ਨੂੰ ਪਤਾ ਉਹ ਜਿਹੜੇ ਮਾਰ ਗਏ ਪੁਲਿਸ ਵਾਲੇ ਉੱਥੇ ਲਾ ਰਿਹਾ ਇੱਥੇ ਆਇਆ ਕੱਪੜੇ ਦੇ ਬਣੇ ਕੱਪੜੇ ਵੇਚ ਰਿਹਾ ਤੇ ਗੋਲੀਆਂ ਮਾਰੀਆਂ ਕਿੰਨੀਆਂ ਗੋਲੀਆਂ ਵੱਜੀ ਮੁੰਡੇ ਨੇ ਬਹੁਤ ਗੋਲੀਦਾਰੀ ਪਤਾ ਜੀ ਸ਼ੇਰੀ ਜਿਹਨਾਂ ਦਾ ਮਰਦਾ ਵਾ ਉਹ ਸੜਕਾਂ ਤੇ ਧੱਕੇ ਖਾਣ ਡਿਆ ਪੁਲਿਸ ਕੋਲ ਤੇ ਕੋਈ ਇਨਸਾਫ ਨਹੀਂ ਮਿਲਣਾ ਪੰਜਾਬ ਪੁਲਿਸ ਕੋਲ ਤੁਸੀਂ ਵੇਂਦੇ ਆ ਪੁਲਿਸ ਕੋਲ ਤੇ ਕੋਈ ਇਨਸਾਫ ਨਹੀਂ ਹੈਗਾ ਮਾਰਿਆ ਜੀ ਪਤਾ ਨਹੀਂ ਪਹਿਲਾਂ ਮਤਲਬ ਸਾਡਾ ਗ੍ਰੈਂਡ ਸਿੰਘ ਉਹਦਾ ਪਹਿਲਾਂ ਲੰਡਾ ਹਰੀ ਗਿਆ 20 ਲੱਖ ਰੁਪਏ ਮੰਗਦੇ ਰਿਹਾ 4-5 ਮਹੀਨੇ ਮਾਰਿਆ ਜੀ ਪਤਾ ਨਹੀਂ ਪਹਿਲਾਂ ਮਤਲਬ ਸਾਡਾ ਕਰਜ਼ੇ ਤੇ ਜੀ 30-40 ਲੱਖ ਰੁਪਏ ਮੰਗਦੇ ਰਿਹਾ 4-5 ਮਹੀਨੇ ਪਹਿਲਾਂ ਅਸੀਂ ਹੱਥ ਵੱਲਾ ਜੋੜਿਆ ਵੀ ਅਸੀਂ ਤੇ ਭਾਂਡੇ ਭੂੰਡੇ ਮਾਂਜਦੇ ਹੋਟਲਾਂ ਦੇ ਕੰਮ ਕਰਕੇ ਆਪਣੀ ਮਿਹਨਤ ਕੀਤੀ ਆ ਤੇ ਉਹਦਾ ਕਰਕੇ ਬਣਾਇਆ
ਬਹੁਤ ਗੋਲੀ ਦਾ ਨਹੀਂ ਪਤਾ ਜੀ ਸ਼ੇਰੀ ਉਹ ਆਂਦੇ ਆਂਟੀ ਦਾ ਇਹ ਤਾਂ ਪੈਂਟਾ ਵਿਖਾਓ ਪੈਂਟਾ ਹੀ ਵਿਖਾਉਂਦੇ ਰਜੈਂਟ ਵੀਰ ਮੇਰੇ ਨਾਲ ਹੀ ਗਿਆ ਉਹਨਾਂ ਸਿੱਧੀ ਆਂਟੀ ਗੋਲੀਆਂ ਮਾਰ ਗਿਆ ਇਹ ਕੋਈ ਗੱਲ ਗੁਲ ਨਹੀਂ ਆਂਦੇ ਪੈਂਟਾ ਵਿਖਾਓ ਪੈਂਟਾ ਵੇਖਣਾ ਹੈ ਪੈਂਟਾ ਵੇਂਦੇ ਵੇਂਦੇ ਪੈਂਟ ਨਹੀਂ ਜੇ ਕਿਤੇ ਰਜੈਂਟ ਨੂੰ ਗੋਲੀ ਮਾਰ ਦਿੱਤੀ ਕਿੰਨੇ ਜਾਣੇ ਦੋ ਜਾਣੇ ਕਿੰਨੀਆਂ ਗੋਲੀਆਂ ਮਾਰੀ ਪਤਾ ਨਹੀਂ ਇਹ ਨਹੀਂ ਪਤਾ ਮੈਨੂੰ ਗੋਲੀਆਂ ਬਹੁਤ ਆ ਇਹ ਜਰਦੇ ਨਹੀਂ ਜੀ ਲੋਕ ਖਾਣ ਵੇਣ ਨੂੰ ਤੇ ਕੋਈ ਪਤਾ ਨਹੀਂ ਲੱਗਾ ਗੋਲੀਆਂ ਮਾਰੀਆਂ ਤੁਹਾਡੇ ਸਾਹਮਣੇ ਪੁਲਿਸ ਜਿਹੜੇ ਗੈਂਗਸਟਰਾਂ ਨੂੰ ਗੱਡੀਆਂ ਤੇ ਸਹੂਲਤ ਕਰਨ ਰਹੀ ਆ ਜਿਹੜੇ ਗੈਂਗਸਟਰਾਂ ਦੇ ਮਾਂ ਪਿਓ ਨੂੰ ਸਹੂਲਤ ਦੇ ਰਹੀ ਆ ਗੱਡੀਆਂ ਦੇ ਰਹੇ ਉਹਨਾਂ ਨੂੰ ਗਨਮੈਨ ਦੇ ਰਹੇ ਤੇ ਜਿਹਨਾਂ ਦਾ ਮਰਦਾ ਵਾ ਉਹ ਸੜਕਾਂ ਦੇ ਧੱਕੇ ਖਾਣ ਰਿਹਾ ਤੁਹਾਡਾ ਮੁੰਡਾ ਕੀ ਕੰਮ ਕਰਦਾ ਜੀ ਇੱਥੇ ਮੇਰਾ ਕੱਪੜੇ ਦਾ ਕੰਮ ਸੀ ਜੀ ਤੇ ਮੁੰਡਾ ਕਿੱਥੋਂ ਆਇਆ ਜੀ ਮੁੰਡਾ ਟਾਟਾ ਆਪਣਾ ਹੋਟਲ ਆ ਉੱਥੋਂ ਆਇਆ ਸੀ 4-5 ਦਿਨ ਲਈ ਕੰਮ ਕਰਨਾ ਪਾਸਪੋਰਟ ਗਲਤੀ ਪਾਸਪੋਰਟ ਠੀਕ ਕਰਾਉਣ ਆਇਆ 5-7 ਦਿਨ ਲਈ ਤੇ ਕੱਪੜੇ ਅੱਜ ਠੀਕ ਆਣ ਦੇ ਤੇ ਕੱਪੜੇ ਵੇਹਦੇ ਵੇਹਦਾ ਉਹਨਾਂ ਗੋਲੀਆਂ ਮਾਰੀਆਂ ਜੀ ਹਾਂਜੀ ਬੰਦੇ ਪਛਾਣ 'ਚ ਪੁਲਿਸ ਨੂੰ ਆ ਗਿਆ ਨਹੀਂ ਆਪਣੇ ਪਛਾਣ 'ਚ ਨਹੀਂ ਜੀ ਦੋ ਜੀ ਮੋਟਰਸਾਈਕਲ 'ਤੇ ਆਏ ਗੋਲੀਆਂ ਤਾਂ 15-16 ਚੱਲੀਆਂ ਨਹੀਂ ਦੋ ਜੀ ਇੱਕ ਨਿੱਕਾ ਕਨੇਡਾ ਜੀ ਪੁਲਿਸ ਕੋਲ ਤਾਂ ਕੋਈ ਇਨਸਾਫ ਨਹੀਂ ਮਿਲਣਾ ਪੰਜਾਬ ਪੁਲਿਸ ਕੋਲ ਤੁਸੀਂ ਵੇਹਦੇ ਹੀ ਆ ਪੁਲਿਸ ਕੋਲ ਤਾਂ ਕੋਈ ਇਨਸਾਫ ਨਹੀਂ ਹੈਗਾ ਕਿਉਂ ਪੁਲਿਸ ਦੇ ਜਿਹੜੀਆਂ ਗੱਡੀਆਂ ਦੇ ਗਾਰਡ ਉਹਨਾਂ ਨੂੰ ਦਿੱਤੇ ਆ ਜਿਹੜੇ ਗੈਂਗਸਟਰ ਮੁੰਡੇ ਮਾਰਦੇ ਪੰਜਾਬ ਦੇ ਤੇ ਜਿਹੜੇ ਜਿਹਨਾਂ ਦਾ ਇੱਥੇ ਸ਼ਰਾਬ ਦੀ ਬੋਤਲ ਦਾ ਭਗੌੜਾ ਉਹਦਾ ਮਾਂ ਪਿਓ ਚੁੱਕ ਲੈਂਦਾ ਜੇ ਤਾਂ ਭੱਠੀ ਦਾ ਕੇਸ ਉਹਦੇ ਉਹਦਾ ਮਾਂ ਪਿਓ ਭੈਣਾਂ ਚੁੱਕ ਲੈਂਦੇ ਆ ਤੇ ਉਹਨਾਂ ਦਾ ਮਾਂ ਪਿਓ ਨਜ਼ਾਰੇ ਲੈਂਦਾ ਉਹਦਾ ਮਾਂ ਪਿਓ ਨਹੀਂ ਫੜਦੇ ਪੁਲਿਸ ਉਹਨਾਂ ਦਾ ਮਾਂ ਪਿਓ ਨਹੀਂ ਫੜਦੇ ਭੱਠੀ ਵਾਲੇ ਦੀ ਬੋਤਲ ਇਹਨੂੰ ਪੁਲਿਸ ਫੜ ਲੈਂਦੀ ਆ ਤੇ ਗੈਂਗਸਟਰਾਂ ਦਾ ਮਾਂ ਪਿਓ ਨਜ਼ਾਰੇ ਲੈਣ ਡਿਆ ਤੇ ਸ਼ਰਾਬ ਵਾਲੇ ਜੇ ਸ਼ਰਾਬ 'ਚ ਬੰਦਾ ਭਗੌੜਾ ਉਹਦਾ ਮਾਂ ਪਿਓ ਭੈਣ ਭਰਾ ਪੁਲਿਸ ਚੁੱਕ ਲੈਂਦੀ ਆ ਵੀ ਪੇਸ਼ ਕਰਾਓ ਉਹਦੀ ਬੋਤਲ ਦਾ ਕੇਸ ਆ ਇਹਦਾ 4 ਬੋਤਲਾਂ ਦਾ ਕੇਸ ਆ ਪੂਰੀ ਹੈਗੀ ਆ ਜੀ ਜੋ ਉਹਦਾ ਮਾਂ ਪਿਓ ਨਜ਼ਾਰੇ ਲੈਣ ਡਿਆ ਪੰਜਾਬ 'ਚ ਉਹ ਯੋਗੀ ਸਰਕਾਰ ਚੰਗੀ ਆ ਜਿਹੜੇ ਘਰ ਢਾਈ ਜਾਂਦਾ ਘਰ ਬਰਬਾਦ ਕਰਨ ਡਿਆ ਢਾਉਣ ਇਹਨਾਂ ਦੇ ਘਰ ਜ਼ਮੀਨਾਂ ਦੇ ਕਬਜ਼ੇ ਕਰਨ ਇਹਨਾਂ ਦੇ ਇਹਨਾਂ ਜ਼ਮੀਨਾਂ ਦੇ ਕਬਜ਼ੇ ਕਰਨ ਘਰ ਢਾਉਣ ਇਹਨਾਂ ਦੇ ਆਪੇ ਸੁਧਰਦਾ ਇਹ ਜੀ ਇਲਾਕਾ ਦੇ ਪੈਂਦਾ ਵਾ ਦੀਨਪੁਰ ਦਾ ਤੇ ਉਹ ਜਿਹੜਾ ਮੁੰਡਾ ਸੀ ਉਹ ਸਾਡੇ ਪਿੰਡ ਰਸੂਲਪੁਰ ਦਾ ਸੀ ਅੱਛਾ ਜੀ ਮੁੰਡੇ ਦੋ ਆਏ ਹੈਗੇ ਇੱਧਰਲੇ ਬਣਿਓ ਪਿਛਲੇ ਬਣਿਓ ਪੱਟੀ ਵਾਲੀ ਸੜਕ ਵਾਲੇ ਪਾਸਿਓਂ ਉਹਨਾਂ ਨੇ ਆਣ ਕੇ ਤੇ ਇੱਥੇ ਉਹਨਾਂ ਨੂੰ ਕੱਪੜਾ ਵੇਖਣ ਦੇ ਬਹਾਨੇ ਨਾਲ ਆਏ ਆ ਆਹ ਵਿਖਾਓ ਉਹ ਵਿਖਾਓ ਜਦੋਂ ਉਹਨੇ ਆਖਣ ਲੱਗੇ ਇਹ ਨਹੀਂ ਹੋਰ ਵਿਖਾਓ ਉਹ ਪਿੱਛਾ ਭੋਂ ਕੇ ਦੂਜਾ ਕੱਪੜਾ ਲੈਣ ਗਿਆ ਤਾਂ ਉਹਨੇ ਜਦੋਂ ਉਹਨਾਂ ਨੇ ਗੋਲੀਆਂ ਠੋਕੀਆਂ ਉਹਨੀਆਂ ਮੁੜ ਕੇ ਉਹ ਡਿੱਗ ਪਿਆ ਤੇ ਡਿੱਗੇ ਨੂੰ ਉਹ ਗੋਲੀਆਂ ਜਿਹੜੀਆਂ ਮੁੜ ਕੇ ਮਾਰੀ ਗਏ ਆ ਜਿੰਨੀਆਂ ਗੋਲੀਆਂ ਵੱਜੀਆਂ ਮੁੜ ਕੇ ਉਹ ਡਿੱਗੇ ਦੇ ਮਾਰ ਪਏ ਅੱਛਾ ਕਿੰਨੇ ਵਜੇ ਦੀ ਘਟਨਾ ਜੀ ਇਹ ਕੋਈ 4:30 ਵਜੇ ਦੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਵੱਲੋਂ ਕੀ ਮੰਗ ਕਰਦੇ ਪਰਿਵਾਰ ਪ੍ਰਤੀ ਕੀ ਮੰਗ ਕਰਦੇ ਪ੍ਰਸ਼ਾਸਨ ਵੱਲੋਂ ਨਹੀਂ ਕੋਈ ਮੰਗ ਨਹੀਂ ਪਰਿਵਾਰ ਨੇ ਤੇ ਉਹ ਚਾਹੁੰਦੇ ਆ ਜੀ ਉਹਨੇ ਪੈਸਾ ਜੋ ਵੀ ਆਏ ਆ ਇਨਸਾਫ ਮਿਲਣਾ ਚਾਹੀਦਾ ਵਾ ਬਿਲਕੁਲ ਇਹਨਾਂ ਨੂੰ ਨੱਸ ਪੈਣੀ ਚਾਹੀਦੀ ਆ ਰੋਜ਼ ਦੀ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਵਾਰਦਾਤ ਹੁੰਦੀ ਰਹਿੰਦੀ ਆ ਇਹ ਗੁਰਜੰਟ ਸਿੰਘ ਗਰ ਸੂਲਪੁਰ ਦਾ ਇੱਥੇ ਰੈਡੀਮੇਡ ਦੁਕਾਨ ਕਰਦਾ ਕੌਣ ਪਛਾ ਤੇ ਦੋ ਆਦਮੀ ਆਏ ਜਿਹੜੇ ਇਹਨੂੰ ਬਹਾਨਾ ਬਣਾ ਕੇ ਵੀ ਅਸੀਂ ਸ਼ਾਪਿੰਗ ਕਰਨੀ ਪੈਂਟਾਂ ਖਰੀਦਣੀ ਆ ਅਤੇ ਫਾਇਰਿੰਗ ਕਰਕੇ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਇਹਨਾਂ ਦੀ ਡੈਥ ਹੋ ਗਈ ਹਾਂ CCTV ਚੈੱਕ ਕਰ ਰਹੇ ਹਾਂ ਅਤੇ ਹੋ ਜੂਗਾ ਕਲੀਅਰ ਹੋ ਜਾਵੇਗਾ ਹਾਂ ਕਾਨੂੰਨੀ ਕਾਰਵਾਈ ਕਰਾਂਗੇ ਬਿਆਨ ਮੁਤਾਬਕ ਪਰਚਾ ਦੇ ਕੇ ਇਨਵੈਸਟੀਗੇਟ ਕਰਾਂਗੇ ਹਾਂ ਬੰਦੇ ਦੀ ਪਤਾ ਲੱਗਾ ਡੈਥ ਹੋ ਗਈ ਹਾਂ ਰੰਜਿਸ਼ ਵਾਲੀ ਗੱਲ ਸਾਹਮਣੇ ਆ ਰਹੀ ਹੈ ਕੋਈ ਪੁਰਾਣੀ ਰੰਜਿਸ਼ ਲੱਗਦੀ ਹੈ ਉਹ ਕਲੀਅਰ ਹੋ ਜਾਵੇਗੀ ਥੋੜ੍ਹੀ ਦੇਰ